ਦੋਸਤੋ ਸਿੱਧੂ ਮੂਸੇਵਾਲਾ ਜਿਸ ਦਾ ਕਿ ਅੱਜ ਦੇ ਸਮੇਂ ਵਿੱਚ ਕੋਈ ਮੁਕਾਬਲਾ ਨਹੀਂ ਅਤੇ ਜੈਸ ਸਿੰਗਰ ਦੀ ਕਲਿੱਪ ਵੀ ਨਿਊਜ਼ ਬਣ ਜਾਂਦੀ ਹੈ। ਜੀ ਹਾਂ, ਸਿੱਧੂ ਮੂਸੇਵਾਲੇ ਦੀ ਹੁਣ ਇਹ ਕਲਿੱਪ ਨਿਊਜ਼ ਬਣ ਰਹੀ ਹੈ ਜਿਸ ਵਿੱਚ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲੇ ਬਾਰੇ ਗੱਲ ਕੀਤੀ ਹੈ। ਜਦੋਂ ਇੱਕ ਇੰਟਰਵਿਊ ਦੌਰਾਨ ਵਿੱਕੀ ਕੌਸ਼ਲ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਕਿਹੜੇ ਗਾਣੇ ਪਸੰਦ ਹਨ ਜਾਂ ਉਹ ਕਿਹੜੇ ਗਾਣੇ ਜ਼ਿਆਦਾਤਰ ਸੁਣਦੇ ਹਨ, ਤਾਂ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਲਿਆ ਅਤੇ ਦੂਜੇ ਪਾਸੇ ਓਲਡ ਸਕੂਲ ਗਾਣੇ ਵੇਲੇ ਵਿੱਕੀ ਕੌਸ਼ਲ ਨੇ ਓਲਡ ਸਕੂਲ ਗਾਣੇ ਦੀ ਵੀਡੀਓ ਬਣਾ ਕੇ ਵੀ ਅਪਲੋਡ ਕੀਤੀ ਸੀ ਜਿਸ ਵਿੱਚ ਉਹ ਨਸੀਬ ਦੇ ਰੈਪ ਨੂੰ ਆਪਣੀ ਜਵਾਨੀ ਗਾ ਰਿਹਾ ਸੀ। ਦੋਸਤੋ, ਸਿੱਧੂ ਮੂਸੇਵਾਲੇ ਨੂੰ ਬਾਲੀਵੁੱਡ ਵਿੱਚੋਂ ਫੁੱਲ ਸਪੋਰਟ ਮਿਲ ਰਹੀ ਹੈ ਅਤੇ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਸਟਾਰ ਰਣਵੀਰ ਸਿੰਘ, ਸਾਰਾ ਅਲੀ ਖਾਨ ਪਹਿਲਾਂ ਤੋਂ ਹੀ ਸਿੱਧੂ ਮੂਸੇਵਾਲੇ ਦੇ ਫੈਨ ਹਨ ਅਤੇ ਰਣਵੀਰ ਸਿੰਘ ਸਿੱਧੂ ਮੂਸੇਵਾਲੇ ਨਾਲ ਕਈ ਵਾਰੀ ਲਾਈਵ ਹੋ ਕੇ ਵੀ ਗੱਲਾਂ ਕਰਦਾ ਦਿਖਾਈ ਦਿੰਦਾ ਹੈ। ਵਿੱਕੀ ਕੌਸ਼ਲ ਨੂੰ ਇੱਕ ਹੋਰ ਇੰਟਰਵਿਊ ਵਿੱਚ ਕੁਐਸਚਨ ਕੀਤਾ ਗਿਆ ਸੀ ਕਿ ਤੁਸੀਂ ਆਪਣੀ ਸਟ੍ਰੈਸ ਨੂੰ ਦੂਰ ਕਰਨ ਲਈ ਕੀ ਕਰਦੇ ਹੋ, ਤਾਂ ਵਿੱਕੀ ਕੌਸ਼ਲ ਨੇ ਉਸ ਵੇਲੇ ਵੀ ਇਹੀ ਕਿਹਾ ਸੀ ਕਿ ਉਹ ਸੋਲੋ ਡਰਾਈਵ ਤੇ ਜਾਂਦਾ ਹੈ ਅਤੇ ਪੰਜਾਬੀ ਮਿਊਜ਼ਿਕ ਸੁਣਦਾ ਹੈ ਜਿਸ ਨਾਲ ਉਹ ਮੋਟੀਵੇਟ ਹੋ ਜਾਂਦਾ ਹੈ। ਦੋਸਤੋ, ਸਿੱਧੂ ਮੂਸੇਵਾਲੇ ਦਾ ਨਾਮ ਤਾਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚੱਲ ਰਿਹਾ ਹੈ ਅਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।